ना कोई स्कूल हैगा, ना डिस्पेंसरी हैगी आ, ना कोई पशु वाला डंगर हस्पताल हैगा। जदों मैं लगे आ उदों तो जंग लग गई, अहीं तो 6 महीने वड़े नहीं, पिंड नहीं वड़े। कंडे वाली तार तो ज्यादा मुश्किलां ते इहो टाइम टू टाइम घलदे आ, ते टाइम नाल ही वापस लै आउंदे हन। इहो जिहड़ा काम करन दा टाइम हुंदा उस टाइम ते सानूं घर वापस भेज दिंदे। ਅਸੀਂ ਤਾਂ ਜੋ ਸੁਣਦੇ ਆਉਂਦਾ ਇਹੋ ਹੀ ਕਹੀ ਜਾਂਦੇ ਸੁੱਖ ਸਹੂਲਤਾਂ, ਪਰ ਦਿੰਦਾ ਕੋਈ ਨਹੀਂ। ਸ਼ਹਿਰੋਂ ਹੀ ਆਉਂਦਾ ਵਾ ਪਿੰਡ, ਸਾਡੇ ਪਿੰਡ 'ਚ ਤਾਂ ਕੋਈ ਦੁਕਾਨ ਨਹੀਂ ਹੈਗੀ। ਬਹੁਤ ਸਾਡੇ ਸਟੱਡੀ ਹੋਈ ਨਹੀਂ ਆ, ਬੱਚਿਆਂ ਨੂੰ ਔਨਲਾਈਨ ਸਟੱਡੀ ਕੀਤੀ ਨਹੀਂ ਗਈ ਬੱਚਿਆਂ ਤੋਂ ਕਿਸੇ ਤੋਂ ਵੀ, ਕਿਉਂ ਨੈਟਵਰਕ ਨਹੀਂ ਹੈਗਾ ਤਾਂ ਬੱਚੇ ਸਟੱਡੀ ਕਿੱਥੋਂ ਕਰਨਗੇ। ਪਿੰਡ ਚੱਕ ਅੱਲਾ ਬਖਸ਼ ਵਿਖੇ ਮੌਜੂਦ ਹਾਂ। ਤਕਰੀਬਨ ਅੰਮ੍ਰਿਤਸਰ ਤੋਂ 50 ਕਿਲੋਮੀਟਰ ਦੀ ਦੂਰੀ 'ਤੇ ਇਹ ਪਿੰਡ ਵਾਹਗਾ ਸਰਹੱਦ ਪਾਕਿਸਤਾਨ ਨਾਲ ਲੱਗਦੀ ਕੰਡਿਆਲੀ ਤਾਰ 'ਤੇ ਪੈਂਦਾ ਆ। ਤਕਰੀਬਨ 74 ਸਾਲ ਹੋ ਗਏ ਆ ਦੇਸ਼ ਆਜ਼ਾਦ ਹੋਏ ਨੂੰ। ਅੱਜ ਤੱਕ ਇਸ ਪਿੰਡ ਤੱਕ ਸਰਕਾਰ ਵੱਲੋਂ ਕਿਸ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਪਹੁੰਚੀਆਂ ਹੋਈਆਂ ਨੇ, ਪਿੰਡ ਵਾਲੇ 50 ਕਿਲੋਮੀਟਰ ਦੀ ਦੂਰੀ ਕਿਸ ਤਰ੍ਹਾਂ ਅੰਮ੍ਰਿਤਸਰ ਤੱਕ ਤੈਅ ਕਰਦੇ ਨੇ, ਪਿੰਡ ਦੇ ਲੋਕ ਮੌਜੂਦ ਨੇ ਸਾਡੇ ਨਾਲ, ਸਾਬਕਾ ਸਰਪੰਚ ਮੌਜੂਦ ਨੇ। ਸਰਪੰਚ ਸਾਹਿਬ ਸਵਾਗਤ ਹੈ ਜੀ ਸਕਾਈ ਨਿਊਜ਼ ਪੰਜਾਬ 'ਚ ਤੁਹਾਡਾ। ਸਾਬਕਾ ਸਰਪੰਚ ਪਿੰਡ ਚੱਕ ਅਲਾ ਬਖਸ਼ ਤੋਂ ਰੂਪ ਸਿੰਘ ਮੇਰਾ ਨਾਮ ਹੈ। ਹਾਂਜੀ ਸਾਹਿਬ ਜੀ, ਗੱਲ ਕਰੀਏ ਕਿ 74 ਸਾਲ ਹੋ ਗਏ ਆ ਦੇਸ਼ ਆਜ਼ਾਦ ਹੋਏ ਨੂੰ, ਅੱਜ ਕਿਸ ਤਰੀਕੇ ਨਾਲ ਬਾਰਡਰ 'ਤੇ ਲਾਸਟ ਹੀ ਪਿੰਡ ਪੈਂਦਾ ਤੁਹਾਡਾ, ਕਿਸ ਤਰੀਕੇ ਨਾਲ ਜ਼ਿੰਦਗੀ ਬਤੀਤ ਕਰ ਰਹੇ ਹੋ? ਸਾਡਾ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਆ, ਬਿਲਕੁਲ 200 ਗਜ਼ ਤਾਰਾਂ ਆ ਅਤੇ 200 ਗਜ਼ ਅੱਗੇ ਜ਼ੀਰੋ ਲਾਈਨ ਬਾਰਡਰ ਆ, ਅਤੇ ਬਾਕੀ ਜ਼ਿੰਦਗੀ ਤਾਂ ਸਾਡੀ ਵੇਖੋ ਜੀ ਮਾੜਾ ਚੰਗਾ ਕੰਮ ਕਰਦੇ ਹਾਂ, ਸਾਰਾ ਕੁਛ ਹੀ ਜੋ ਵੀ ਹੁੰਦਾ ਖੇਤੀਬਾੜੀ ਕਰਦੇ ਹਾਂ। ਬਾਕੀ ਸੜਕੇ ਇੱਥੇ ਕੋਈ ਸਹੂਲਤ ਵਾਲੀ ਸ਼ੈ ਹੈ ਨਹੀਂ ਗੀ, ਕੋਈ ਨਾ ਕੋਈ ਸਕੂਲ ਹੈਗਾ, ਨਾ ਡਿਸਪੈਂਸਰੀ ਹੈਗੀ ਆ, ਨਾ ਕੋਈ ਪਸ਼ੂ ਵਾਲਾ ਡੰਗਰਾਂ ਹਸਪਤਾਲ ਹੈਗਾ। ਬੱਚੇ ਜੇ ਅਸੀਂ ਪਿੱਛੇ ਪੜ੍ਹਨੇ ਘਲਾਉਂਦੇ ਹਾਂ ਉਹ ਵੀ ਤੁਹਾਨੂੰ ਪਤਾ ਬੱਸਾਂ ਆਉਂਦੀਆਂ, ਬੇਟਾਈਮੀਆਂ ਬੱਸਾਂ ਆਉਂਦੀਆਂ ਆ, ਅਤੇ ਜੇ ਕੋਈ ਪੜ੍ਹ ਲਿਖ ਵੀ ਜਾਂਦਾ ਆ ਫਿਰ ਵੀ ਉਹਨੂੰ ਕੋਈ ਸਹੂਲਤ ਨਹੀਂ ਮਿਲਦੀ। ਕੋਈ ਬਾਰਡਰ ਲਾਈਨ 'ਤੇ ਜਿਵੇਂ ਹੁਣ ਪਿੱਛੇ ਡਰੇਨ ਆ ਅਗਲੇ ਬੰਨੇ ਬਾਰਡਰ ਆ, ਅਤੇ ਕੋਈ ਸਾਨੂੰ ਵੱਖਰੀ ਸਹੂਲਤ ਕੋਈ ਨਹੀਂ ਮਿਲਦੀ। ਖਾਸ ਕਰਕੇ ਗੱਲ ਕਰੀਏ ਸਿਹਤ ਵਾਸਤੇ, ਸਿਹਤ ਵਾਸਤੇ ਪਿੰਡ ਦੇ ਵਿੱਚ ਇੱਕ ਡਾਕਟਰ ਸਰਕਾਰੀ ਜਾਂ ਪ੍ਰਾਈਵੇਟ ਹੋਵੇ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਪਿੰਡ ਦੇ ਵਿੱਚ ਸਰਕਾਰੀ ਜਾਂ ਕੋਈ ਪ੍ਰਾਈਵੇਟ ਡਾਕਟਰ ਹੈਗਾ? ਨਹੀਂ ਕੋਈ ਨਹੀਂ ਹੈਗਾ, ਇੱਥੋਂ ਅਸੀਂ 50 ਕਿਲੋਮੀਟਰ ਜਾਂਦੇ ਹਾਂ। ਅਗਰ ਜੇ ਕੋਈ ਪਿੰਡ ਦੇ ਵਿੱਚ ਢਿੱਲਾ ਮੱਠਾ ਬੰਦਾ ਹੋ ਜਾਂਦਾ ਤਾਂ ਅਤੇ ਅਸੀਂ ਅੰਮ੍ਰਿਤਸਰ ਜਾਵਾਂਗੇ। 50 ਕਿਲੋਮੀਟਰ ਅੰਮ੍ਰਿਤਸਰ ਜਾਂਦੇ ਹੋ? 50 ਕਿਲੋਮੀਟਰ। ਤਾਂ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲਾ ਤੁਹਾ, ਕਈਆਂ ਦੇ ਕੋਲ ਤਾਂ ਵਾਹੀਕਲ ਵੀ ਨਹੀਂ ਹੋਏਗਾ ਪਿੰਡ ਦੇ ਵਿੱਚ? ਬਹੁਤ ਜੀ ਮੁਸ਼ਕਲ ਆ, ਬਹੁਤ ਜ਼ਿਆਦਾ। ਹੁਣ ਕਿਸੇ ਕੋਲ ਹੈ ਨਹੀਂ, ਸੰਦ ਵੀ ਹੈ ਨਹੀਂ ਆ, ਫਿਰ ਉਹ ਔਖਾ ਹੀ ਆ। ਤਾਂ ਕਿੰਨੇ ਕੁ ਲੋਕ ਪਿੰਡ ਦੇ ਵਿੱਚ ਰਹਿੰਦੇ ਨੇ ਜਿਹੜੇ ਇਸ ਪਿੰਡ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਰਹਿ ਰਹੇ ਨੇ? ਇੱਥੇ ਹੈ ਨਾ 400 ਕੁ ਬੰਦਾ ਤੋਂ ਆ, 300 ਵੋਟ ਹੈ, 450-450 ਤਾਂ ਵਧੀ ਹੈਗੀ ਹੈ ਜੋ ਬੱਚੇ ਸਿਆਣੇ ਸਾਰੇ ਪਾ ਕੇ। ਪਿੰਡ ਦੇ ਵਿੱਚ ਸਕੂਲ ਹੈਗੇ ਆ ਪੜ੍ਹਨ ਵਾਸਤੇ? ਨਹੀਂ ਸਕੂਲ ਹੈ ਨਹੀਂ, ਸਕੂਲ ਛੋਟਾ ਆ, ਪ੍ਰਾਇਮਰੀ ਤੱਕ ਛੋਟਾ, 5ਵੀਂ ਤੱਕ ਸਕੂਲ ਹੈ। ਇਸ ਪਿੰਡ ਦੀ ਖਾਸ ਕਰਕੇ ਗੱਲ ਕਰੀਏ ਕਿ ਇਸ ਪਿੰਡ ਦੇ ਵਿੱਚੋਂ ਕੋਈ ਬੰਦਾ ਅੱਜ ਤੱਕ ਸਰਕਾਰੀ ਨੌਕਰੀ ਕਰਦਾ ਕਿਸੇ ਤਰ੍ਹਾਂ ਦੀ? ਨਹੀਂ ਜੀ ਕੋਈ ਨਹੀਂ ਕਰਦਾ, ਕੋਈ ਪਹਿਲੋਂ ਪੁਰਾਣੇ ਜਿਹੜੇ ਫੌਜੀ ਆਏ ਹੋਰ ਕੋਈ ਨੌਕਰੀ ਮਿਲਦੀ, ਤੁਹਾਨੂੰ ਦੱਸਿਆ ਵੀ ਜੇ ਪੜ੍ਹ ਲੈਂਦੇ ਆ ਤਾਂ ਨੌਕਰੀ ਨਹੀਂ, ਸਹੂਲਤ ਨਹੀਂ ਹੈਗੀ, ਵੱਖਰੀ ਸਹੂਲਤ ਚਾਹੀਦੀ ਆ। ਬਾਰਡਰ ਆ ਸਾਨੂੰ ਆ, ਪਿੱਛੇ ਬਾਰਡਰ ਦੀ ਕਾਹਦਾ, ਬਾਰਡਰ ਡਿਫੈਂਸੋਂ ਪਾ ਰਿਹਾ ਬਾਰਡਰ, ਜਦੋਂ ਕੋਈ ਹਿੱਲ ਜੁੱਲ ਹੋ ਜਾਂਦੀ ਆ ਜਾਂ ਕੋਈ ਵਾਕਾ ਇਹੋ ਜਿਹਾ ਕਰ ਦਿੰਦੇ ਉੱਠਣਾ ਸਾਨੂੰ ਪੈਂਦਾ, ਪਿਛਲੇ ਤਾਂ ਚੰਗੇ ਭਲੇ ਬੈਠੇ ਰਹਿੰਦੇ। ਸਰਕਾਰ ਡਿਜੀਟਲ ਇੰਡੀਆ ਦੀ ਗੱਲ ਕਰਦੀ ਆ ਕਿ ਪਿਛਲੇ ਸਮੇਂ ਨਾਲੋਂ ਇਸ ਸਮੇਂ ਦੇ ਵਿੱਚ ਕੋਈ ਪਿੰਡ ਦੇ ਵਿੱਚ ਜਾਂ ਬਾਰਡਰ ਨਾਲ ਲੱਗਦਾ ਤੁਹਾਡਾ ਪਿੰਡ ਕਿਸੇ ਤਰ੍ਹਾਂ ਦੀ ਕੋਈ ਡਿਵੈਲਪਮੈਂਟ ਜਾਂ ਕੋਈ ਤਬਦੀਲੀ ਹੋਈ ਆ? ਨਹੀਂ ਡਿਵੈਲਪਮੈਂਟ ਕੋਈ ਨਹੀਂ ਹੈ, ਅਲੱਗ ਸਾਨੂੰ ਨਹੀਂ ਕੋਈ ਵੀ ਡਿਵੈਲਪਮੈਂਟ ਹੁੰਦੀ, ਕੋਈ ਸਹੂਲਤ ਅਲੱਗ ਨਹੀਂ ਮਿਲਦੀ। ਪਿਛਲੇ ਨਾਲ ਸਹੂਲਤ ਸਾਨੂੰ ਅਲੱਗ ਚਾਹੀਦੀ ਹੈ, ਕੋਈ ਵੀ ਜਾਂ ਜੇ ਪੜ੍ਹਿਆ ਬੱਚਾ ਉਹਦਾ ਵੀ ਨੌਕਰੀ ਦੀ ਸਹੂਲਤ ਅਲੱਗ ਚਾਹੀਦੀ ਹੈ, ਜੇ ਹੁਣ ਜੇ ਡਿਵੈਲਪਮੈਂਟ ਕਰਨੀ ਹੈ ਪਿੰਡ ਦੀ ਉਹ ਵੀ ਸਾਨੂੰ ਅਲੱਗ ਚਾਹੀਦੀ ਹੈ। ਇਹੋ ਜਿਹੀ ਤਾਂ ਹੈਗੀ, ਨਾ ਤਾਂ ਸਾਡੇ ਕੋਲ ਸਕੂਲ ਹੈਗਾ, ਨਾ ਡਿਸਪੈਂਸਰੀ ਹੈਗੀ ਆ, ਨਾ ਕੋਈ ਪਸ਼ੂਆਂ ਵਾਲਾ ਹਸਪਤਾਲ ਹੈ, ਕੋਈ ਹੈਗਾ ਕੀ ਸਾਡੇ ਕੋਲ? ਜਦੋਂ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਹੁੰਦਾ ਆ, ਕੋਈ ਜੰਗ ਦੀ ਸਥਿਤੀ ਬਣ ਜਾਂਦੀ ਆ, ਤਾਂ ਬਿਲਕੁਲ ਮੈਨੂੰ ਸਾਹਮਣੇ ਜਿਹੜੀਆਂ ਤਸਵੀਰਾਂ ਮੈਨੂੰ ਦਿਖ ਰਹੀਆਂ ਕੰਡਿਆਲੀ ਤਾਰ ਹੀ ਲੱਗਦੀ ਹੈ ਸਾਹਮਣੇ, ਤਾਂ ਕੁਛ ਹੀ ਦੂਰੀ 'ਤੇ ਤੁਹਾਡਾ ਜਿਹੜਾ ਪਿੰਡ ਆ, ਤਾਂ ਫਿਰ ਕਿਸ ਤਰੀਕੇ ਨਾਲ ਤੁਹਾਨੂੰ BSF ਇੱਥੋਂ ਉਠਾ ਦਿੰਦੀ ਆ? ਵੇਖੋ ਜੀ BSF ਉਠਾ ਵੀ ਦਿੰਦੀ, ਨਹੀਂ ਵੀ ਆਉਂਦੀ ਕੁਛ, ਬਾਕੀ ਜਦੋਂ ਅਸੀਂ ਉੱਠਦੇ ਹਾਂ ਉਦੋਂ ਫਿਰ ਪਿੱਛੇ ਰਿਸ਼ਤੇਦਾਰਾਂ ਕੋਲ ਰਹਿਣਾ, ਪਰ ਸਾਨੂੰ ਪਿੱਛੇ ਤਾਂ ਦੱਸਣਾ ਵੀ ਇੱਥੋਂ ਸਾਹਮਣੇ 200 ਗਜ਼ ਡਰੇਨ ਆ, 200 ਗਜ਼ ਤਾਰਾਂ ਆ, ਬਾਰਡਰ ਹੋ ਗਿਆ, ਤਾਂ ਅਸੀਂ ਵਿੱਚ ਬੈਠੇ ਹਾਂ ਅਤੇ ਬਾਰਡਰ ਤਾਂ ਸਾਨੂੰ ਆ, ਪਿੱਛੇ ਬਾਰਡਰ ਤਾਂ ਕੋਈ ਨਹੀਂ, ਬਾਰਡਰ ਲਾਇਆ ਇੱਥੋਂ ਇਹਨਾਂ 20 ਕਿਲੋਮੀਟਰ ਲਾਇਆ। ਜਦੋਂ ਤੁਸੀਂ ਇੱਥੋਂ ਘਰ ਬਾਰ ਛੱਡ ਕੇ ਜਾਂਦੇ ਹੋ ਮਗਰੋਂ ਘਰ ਦੇ ਵਿੱਚ ਕੋਈ ਰਹਿੰਦਾ ਕਿ ਜਾਂ ਇਸੇ ਤਰ੍ਹਾਂ ਹੀ ਛੱਡ ਜਾਂਦੇ ਹੋ? ਨਹੀਂ ਵੀ ਅੱਗੇ 2-3 ਨਾਲ ਉੱਠੇ ਹਾਂ ਅਤੇ ਨਹੀਂ ਘਰ ਨਹੀਂ ਰਹੇ, 2002 'ਚ ਜਦੋਂ ਮੈਂ ਲੱਗੇ ਉਦੋਂ ਨਹੀਂ ਕੋਈ ਵੀ ਰਿਹਾ ਇੱਥੇ, ਸਾਰਾ ਪਿੰਡ ਖਾਲੀ ਹੋ ਗਿਆ ਸੀ? ਬਿਲਕੁਲ ਪਿੰਡ ਖਾਲੀ ਹੋ ਗਿਆ, ਤਾਂ ਪਿੰਡ ਦੇ ਵਿੱਚ ਕੋਈ ਨਹੀਂ ਸੀ ਰਹਿ ਗਿਆ? ਕੋਈ ਨਹੀਂ ਰਹਿ ਗਿਆ।
जी जे खास करके गल करिए कि 50 किलोमीटर दूर तो हाड़ा पिंड पैंदा आ, पिंड दे विच कोई बस आउंदी आ अमृतसर तो इधर नू? नहीं जी कोई नहीं आउंदी। अज तक बस कोई नहीं आई? ना कोई नहीं आउंदी। नहीं तां जिहड़े आम लोग आ किस तरीके नाल गुजारा करदे? इत्थों जे कोई मान लो सवारी भी जांदी आ, इत्थों 4 किलोमीटर तुर के जाएगी ते फिर दुबारी बहेगी। मान लो चगावां ही जाना इत्थों 15-20 किलोमीटर आ, ते इत्थों 3 किलोमीटर चलूगे तुरनगे फिर जग वास्ते बहनगे। रिश्तेदार किद्दां आउंदे आ तुहाडे तुहानूं मिलण वास्ते? रिश्तेदार फिर इस तरह ही अपने संदां ते ही। बस वाला तो कोई आउंदा नहीं, बस वाले जिन्ने आउणा उन्ने भी नहीं आउणा। खेती भी करते हो तुसीं नाल? हाँ जी खेती करते। खास गल गल करिए कि खेती के नाल मजदूरों की बहुत ज़्यादा जरूरत होंगी आ, पिंड मजदूर है काम कर ली? पिंड मजदूर है आ पर थोड़े आ, मजदूर तो हूँ बाहर जो काम इतने कोई नहीं है भी, जब कोई काम हो छोटा मोटा करी जान तो मजदूर अपनी दिहाड़ी ले जाए, अं बाहरों मजदूर लियाने। पिंड जे को पिछले लोग काम कुम करना तो पैना, जाना तो पैना ही है ना। हाँ जी फिर मजदूर बाहरों लैके आते हो तो मुश्किल नहीं आदि? झोना टवाई टवई दी मुश्किल आदियाँ, बहुत बहुत मुश्किल आदि। हूँ मजदूर लिया, मजदूर ने अपनी मर्जी ना आना, मजदूर तो अपनी मर्जी ना आना। जो उसने मान लो इतने 200 चलन उन्हें आखना मैं 300 लेना, जो जो खड़ना तो फिर लिया पैंता है, मजदूर तो लिया ही पैना काम करना है। कितने कि गल करिए सरकारा भी बड़े बड़े दावे कर दें कि बॉर्डर बैल्ट में काफ़ी सुख सहूलत दिखाई गई, तो लगता है कोई सुख सहूलत हैगी? नहीं जी कोई नहीं सुख सहूलत। सुख सहूलत तो हो दसा भी 5 साल में पिछले सरपंची की, 3 साल लंघ गए अहीं तो पिछे भी बहुत जदों ही आते होंगे ही भरा उदों ही बोली जाते भी सानू कोई सहूलत हो जाए, सानू कोई नहीं तो पशु वाला हस्पताल ही हो भी नहीं सड़ते होगा। साढ़े आम निक्की मोटी कोई दवाई लैन वाला नहीं, कोई डिस्पेंसरी नहीं हैगी भी, तो सहूलत तो कोई मिली नहीं। खतरा महसूस करते हो? बिल्कुल तुहाडा घर भी जिहड़ा बिल्कुल कंडियाली तार दे कोल आ, सामने जिहड़ा पाकिस्तान देश आ, खतरा महसूस करते हो किसी तरह का? देखो जी खतरा तो महसूस है ही आ, जदों रौला पैंदा उदों उठना पैंदा, खतरा ही खतरा। साढ़े भाई की तो उदों जंग लग जाती, तुहानूं दस्सन दिया 2000 की गल आ, 2002 की उदों जदों मैं लगे आ उदों तो जंग लग गई ही, अहीं तो 6 महीने वड़े नहीं, पिंड नहीं वड़े, तो जंग तो उदों लगी लगी, सानूं खतरा ही खतरा। होर भी कुछ लोग साढ़े नाल नहीं सन, पिंड के साबका सरपंच, की नाम जी तुहाडा भाजी? मेरा नाम गुरप्रीत सिंह जी। गुरप्रीत सिंह जी किन्ने समय तो इस पिंड दे विच रह रहे हो तुसीं? मेरी 40 साल उम्र हो गई है जी। अच्छा 40 साल तो इत्थे ही है जी जन्म। गल करिए 40 साल तो पिंड दे विच किसी तरह की कोई डिवेलपमेंट हुई है जी? नहीं जी कोई डिवेलपमेंट नहीं हुई इत्थे, बड़े बड़े वादे कर जांदे आ जिहड़ा भी आउंदा, इत्थे कोई नहीं हुई। 2016 च पिंड ठाया सी, सारे पिछा चल गए सी, कोई इत्थे ना तो बस आ ना डिस्पेंसरी है ना पशुओं का अस्पताल आ, जे असीं दवाई लैन जाने तो अमृतसर जाना पैंदा, 40-50 किलोमीटर दूर पिंड आ। खेती करते हो तुसीं? हाँ जी खेती करते हैं। कंडियाली तार तो पार जमीन हैगी? नहीं जी इधर ही है। खास करके जिहड़े आम किसान ने कंडियाली तार तो पार जिहड़े जमीन उन्होंने कोल आ, उन्होंने किसी तरह दी मुश्किल आ रही? बहुत ज़्यादा मुश्किल उन्होंने आ रही जी। सब तो पहला तो उत्थे 2-2.5 घंटे गेट पर बहुंदे आ, फिर उन्होंने टाइम देंदे 9 बजे नगाउंदे आ, फिर 2-2.5 बजे उन्होंने वापस ले आते। तो उन्होंने की काम किया जो उन्होंने मजदूर खड़िया तो उन्हें की दिहाड़ी की, तो की लिया तो की दिता? मुश्किल बहुत है, मुश्किलों बारे तुम पुछोगे तो मुश्किल बड़ी ज्यादा, पर इतने कोई हल नहीं है। कोई भी जे कोई भी आखे ना भी आके दावा कर जे इतने आके भी मैं पिंड का आ करता, कुछ नहीं। खतरा महसूस नहीं होंदा? कंडियाली तार तो पार भी जिहड़े किसान जाते हैं वापस भी आते हैं, कई तरह दी जिहड़ियां सवाल भी उठते होणगे? वेखो जी जाते ने किसान तार तो पार, खतरा तो हैगा पर उन्होंने सिक्योरिटी आती है, पर उन्होंने काम करने का टाइम तो दिता जाए, कुछ समय ना नगाया जाए, कुछ समय ना वापस कोई कम तो घट्ट तो घट्ट 7-8 घंटे तो काम हो, ज़्यादा नहीं। तो गल करिए जिवें दस्या सरपंच साहब ने कि तुहाडे कोल संद हैगे ने, अजकल चलो हर घर दे विच संद हैगा आ, खास करके संदां दे विच तेल पैंदा पेट्रोल डीजल, पेट्रोल पंप किन्नी दूर है इत्थों? इत्थों जी 4-5 किलोमीटर पेट्रोल पंप दूर है जी। मिल जाता तेल? हाँ जी तेल तो मिल जाता, मजदूर लियाना ही पैना तेल। बी तो गल है भी आपो अपने संदा च लोगों ने रखे शहर जान जोगा, ना तो कोई बस आ ना कोई होर संद आ। ढिल मठ हो जाती तो फिर घर का कोई मरीज कितने खड़ दो, कि हस्पताल खड़ दो? फिर अमृतसर ही खड़ना पैंता, लागे तो कोई है ही नहीं डिफेंसरी यहो जी जिथे अं ले जाइए, 50 किलोमीटर दूर सूँ जाना पैंता। की कहना चाहो सरपंच गल कर रहे मैं भाई तारों पार की गल करना, इन्हें हफ्ते च एक तो छुट्टी मारते हैं। वेखो जिमीदार जिहड़ा आ जिमीदार तो एक हफ्ते इन्हें हफ्ते च एक दिन जाना नहीं आ, तो वह तो गए ना 24 घंटे बाद गए, 24 तो नहीं 48 घंटे बाद चल गए, दूजे तीजे दिन चल गए। तो जिमीदार तो एक घंटा ना जाए तो जिमीदार नहीं होंगे भी,
ਇਹੋ ਜਿਹੇ ਤਾਂ ਕੰਮ ਹੈ ਇਹਨਾਂ ਸਵੇਰੇ 2-3 ਘੰਟੇ ਪਹਿਲਾਂ ਗੇਟ 'ਤੇ ਬਾਹਰ ਛੱਡਣਾ ਫਿਰ ਜਦੋਂ ਉੱਥੋਂ ਆਉਣਾ 3 ਵਜੇ ਉੱਥੋਂ ਕੱਢ ਲਿਆਉਣਾ ਅਤੇ ਗੱਲ ਕਰੀਏ ਜਿਵੇਂ ਫਸਲ ਆ ਝੋਨੇ ਦੀ ਆ ਹਰ ਰੋਜ਼ ਪਾਣੀ ਦੇਣਾ ਜ਼ਰੂਰੀ ਹੁੰਦਾ ਆ ਹਰ ਰੋਜ਼ ਫਸਲ ਵੱਲ ਵੇਖਣਾ ਵੀ ਜ਼ਰੂਰੀ ਹੁੰਦਾ ਆ ਕਿਸੇ ਤਰ੍ਹਾਂ ਦੀ ਬਿਮਾਰੀ ਆ ਤੁਸੀਂ ਦੱਸ ਰਹੇ ਹੋ ਕਿ ਬੜਾ ਟਾਈਮ ਘੱਟ ਦਿੱਤਾ ਜਾਂਦਾ ਆ ਕਿ ਉਹ ਖੇਤੀ ਪਾਰਲੇ ਪਾਸੇ ਸੌਖੀ ਆ ਜਾਂ ਉਹ ਨੁਕਸਾਨ ਹੁੰਦਾ ਉਸਨੂੰ ਵੀ ਬਹੁਤ ਨੁਕਸਾਨ ਹੈ ਜੀ ਤਾਂ ਦੱਸਦੇ ਹਾਂ ਵੀ 10 ਵਜੇ ਇਹਨਾਂ ਲੰਘਾਉਣਾ 10 ਵਜੇ ਟਾਈਮ ਕੰਮ ਦਾ ਹੁੰਦਾ ਸ਼ਾਮਾਂ ਨੂੰ ਇਹਨਾਂ 3 ਵਜੇ ਕਰ ਦੇਣਾ 3 ਵਜੇ ਤੋਂ ਮਗਰੋਂ ਕੰਮ ਦਾ ਟਾਈਮ ਹੁੰਦਾ ਅਤੇ ਖੇਤੀ 'ਤੇ ਨੁਕਸਾਨ ਹੀ ਹੋਣਾ ਜਦੋਂ ਜਦੋਂ ਟਾਈਮ ਨਹੀਂ ਪੂਰਾ ਮਿਲਣਾ ਤਾਂ ਖੇਤੀ ਪੂਰੀ ਚੰਗੀ ਹੋਣੀ ਨਹੀਂ ਖੇਤੀ ਮਾੜੀ ਹੋਣੀ ਫਿਰ ਉੱਧਰ ਜਦੋਂ ਮੈਂ ਇਸ ਪਿੰਡ ਦੇ ਵਿੱਚ ਆਉਣਾ ਸੀ ਤਾਂ ਕੁਝ ਲੋਕਾਂ ਵੱਲੋਂ ਦੱਸਿਆ ਜਾਂਦਾ ਕਿ ਇਸ ਬਾਰਡਰ ਨਾਲ ਲੱਗਦੇ ਪਿੰਡ ਨਾਲ ਲੋਕ ਆਪਣੀਆਂ ਧੀਆਂ ਦੇ ਰਿਸ਼ਤੇ ਦੇਣ ਤੋਂ ਵੀ ਗਰੇਜ਼ ਕਰਦੇ ਨੇ ਕਿ ਸ਼ਾਇਦ ਕਿੱਥੇ ਬਾਰਡਰ ਏਰੀਏ 'ਤੇ ਜੇ ਮੈਂ ਆਪਣੀ ਧੀ ਦੇਵਾਂਗਾ ਕੀ ਸੱਚਾਈ ਇਸ ਦੇ ਵਿੱਚ ਕਿੰਨੀ ਵੇਖੋ ਜੀ ਸਾਰੇ ਪਿੱਛੇ ਸੋਚਦੇ ਆ ਜਦੋਂ ਮੁਸ਼ਕਲਾਂ ਜਦੋਂ ਉੱਠਦੇ ਆ ਨਾ ਜਦੋਂ ਵਹਿੰਦੇ ਆ ਫਿਰ ਉਦੋਂ ਸੋਚਦੇ ਆ ਚਲੋ ਆਪਣਾ ਕੰਮ ਚੰਗਾ ਭਲਾ ਕਰਦੇ ਵੀ ਆ ਸਾਰਾ ਵੀ ਮਜ਼ਦੂਰੀ ਆਪਣੀ ਮਿਹਨਤ ਸਾਰੇ ਕਰਦੇ ਵਾਈ ਵੂਈ ਵੀ ਹੈਗੀ ਆ ਅਤੇ ਬਾਕੀ ਸਾਰੇ ਸੋਚਦੇ ਆ ਵੀ ਨਹੀਂ ਉੱਥੇ ਅੱਗੇ ਉੱਠੇ ਆ ਇਸ ਤਰ੍ਹਾਂ ਆ ਉਸ ਤਰ੍ਹਾਂ ਆ ਚਲੋ ਹੋਇਆ ਚਾਹੇ ਨਹੀਂ ਹੋਇਆ ਕੁਛ ਹੋ ਵੀ ਜਾਂਦਾ ਤੁਹਾਨੂੰ ਦੱਸਣ 'ਤੇ ਜਦੋਂ ਮੈਂ ਲੱਗੇ ਉਦੋਂ ਉੱਠੇ ਵੀ ਆ ਘਰੋਂ ਘਰ ਵੀ ਹੋ ਰਹੇ 6 ਮਹੀਨੇ ਨਹੀਂ ਘਰ ਵੜੇ ਰਿਸ਼ਤੇਦਾਰ ਚੱਲ ਲੈਂਦੇ ਫਿਰ ਜਿੱਥੇ ਜਾਂਦੇ ਹੋ ਵੇਖੋ ਜੀ ਰਿਸ਼ਤੇਦਾਰਾਂ 'ਤੇ ਫਿਰ ਮਾੜਾ ਮੋਟਾ ਝੱਲਣਾ ਹੀ ਆ ਤਾਂ ਮੈਨੂੰ ਲੱਗਦਾ ਕੋਈ ਰਿਸ਼ਤੇ ਦਿੰਦਾ ਵੀ ਇਹ ਚੁੱਕ ਕੇ ਟੱਬਰ 'ਤੇ ਇੱਥੇ ਆ ਜਾਂਦੇ ਆ ਵੇਖੋ ਜੀ ਉਹ ਤੁਹਾਨੂੰ ਪਤਾ ਹੀ ਹੈ ਫਿਰ ਹੁੰਦਾ ਹੀ ਆ ਹੁਣ ਕੋਈ ਵੀ ਆ ਹੁਣ ਮੰਨ ਲਓ ਜਿੰਨੇ ਘਰੋਂ ਇੱਕ ਰਾਂ ਉੱਠ ਪੈਣਾ ਤਾਂ ਉਹਦੇ ਵੱਲ ਫਿਰ ਜੀਤ ਨਹੀਂ ਕਰਦਾ ਹੁਣ ਸਾਡਾ ਹੀ ਕੋਈ ਅਸੀਂ ਪਿੱਛੇ ਜਾਈਏ ਤਾਂ ਉਹਨਾਂ ਫਿਰ ਜੀਤ ਨਹੀਂ ਕਰਦਾ ਤੁਸੀਂ ਦੱਸਿਆ ਕਿ ਇੱਕ ਛੋਟਾ ਸਕੂਲ ਹੈ ਇੱਥੇ ਐਲੀਮੈਂਟਰੀ ਸਕੂਲ ਆ ਵੱਡਾ ਸਕੂਲ ਤੁਹਾਡੇ ਪਿੰਡ ਦੇ ਵਿੱਚ ਕੋਈ ਨਹੀਂ ਹੈਗਾ ਖਾਸ ਕਰਕੇ ਗੱਲ ਕਰੀਏ ਤੁਹਾਡੇ ਪਿੰਡ ਦੇ ਵਿੱਚ ਸਭ ਤੋਂ ਪੜ੍ਹਿਆ ਲਿਖਿਆ ਵਿਅਕਤੀ ਕਿੰਨੀਆਂ ਕਲਾਸਾਂ ਕੀਤੀਆਂ ਸਭ ਤੋਂ ਵੱਧ ਪੜ੍ਹਿਆ ਲਿਖਿਆ ਕਿਹੜਾ ਵਿਅਕਤੀ ਹੋਏਗਾ ਬੱਚੇ ਜੀ ਪੜ੍ਹੇ ਹੈਗੇ ਆ ਬੱਚੇ ਹੁਣ ਉਹਨਾਂ ਨੂੰ ਨੌਕਰੀ ਨਾ ਮਿਲਣਾ ਉਹ ਬਾਹਰ ਚਾਹੀਆਂ ਪੜ੍ਹਿਆ ਕੋਈ ਵੱਧ ਤੋਂ ਵੱਧ ਬੰਦਾ ਬੱਚੇ ਪਲੱਸ ਟੂ ਵੀ ਪੜ੍ਹੇ ਆ ਹੁਣ ਪੜ੍ਹਨ ਨੂੰ ਖੇਚਲ ਗਿਆ BMM ਕੀਤੀ ਆ BEd ਵੀ ਕੀਤੀ ਆ ਮੁੰਡੇ ਨੇ ਚਲੋ ਕੀਤੀ ਉਹ ਹੁਣ ਜਿਹਨੇ ਪਲੱਸ ਟੂ ਕੀਤੀ ਆ ਅਤੇ ਉਹ ਬਾਹਰ ਚੱਲ ਗਏ ਆ ਹੁਣ ਮਿਹਨਤ ਕੀਤੀ ਦੇ ਵਿੱਚ ਨਹੀਂ ਰਹਿ ਰਿਹਾ ਉਹ ਨਹੀਂ ਪਿੰਡ ਵਿੱਚ ਨਹੀਂ ਰਹਿ ਸਰਕਾਰੀ ਨੌਕਰੀ ਵੀ ਨਹੀਂ ਕਰਦਾ ਨਹੀਂ ਸਰਕਾਰੀ ਨੌਕਰੀ ਮਿਲਦੀ ਨਹੀਂ ਤੁਹਾਨੂੰ ਦੱਸਦੇ ਦਿੰਦੇ ਨੇ ਸਹੂਲਤ ਲੱਗ ਦੇਣ ਜਿਹੜਾ ਡਿਫੈਂਸੋਂ ਪਾ ਰਿਹਾ ਉਹਨੂੰ ਸਹੂਲਤ ਦੇਣ ਲੱਗ ਤਾਂ ਆਪੇ ਉਹਨਾਂ ਹੁਣ ਇੰਨੇ ਪੈਸੇ ਲਾਏ ਇੰਨਾ ਖਰਚਾ ਲਾਇਆ ਬਾਹਰ ਜਾਣ ਦਾ ਆ ਉਹਨੇ ਮੁੰਡੇ ਨੇ BA ਕੀਤੀ ਆ ਅਤੇ BA ਕਰਕੇ ਤਾਂ ਹੁਣ ਬਾਹਰ ਨੂੰ ਜਾਣ ਦਿਆ ਅਤੇ ਇੱਥੇ ਨੌਕਰੀ ਮਿਲੇ ਤਾਂ ਇੱਥੇ ਨੌਕਰੀ ਨਹੀਂ ਹੁੰਦੀ ਵੀ ਖਾਸ ਕਰਕੇ ਗੱਲ ਕਰੀਏ ਕਿ ਜ਼ਮੀਨਾਂ ਦੀ ਆ ਸਰਕਾਰ ਮੁਆਵਜ਼ਾ ਦਿੰਦੀ ਆ ਕਿਸੇ ਤਰੀਕੇ ਦੇ ਨਾਲ ਵੀ ਪਾਰਲੀ ਜ਼ਮੀਨ ਆ ਕਿਸੇ ਵੇਲੇ ਖਰਾਬ ਹੋ ਗਈ ਆ ਹੋ ਸਕਦਾ ਕਿ ਮਾਹੌਲ ਖਰਾਬ ਹੋ ਜਾਏ ਕਿਸਾਨ ਦੀ ਜ਼ਮੀਨ ਜਿਹੜੀ ਆ ਅੰਦਰ ਨਾ ਜਾਣ ਦਿੱਤਾ ਜਾਵੇ ਉਸ ਚੀਜ਼ ਦਾ ਮੁਆਵਜ਼ਾ ਦਿੱਤਾ ਅੱਜ ਤੱਕ ਸਰਕਾਰ ਨੇ ਕਿਸੇ ਤਰ੍ਹਾਂ ਦਾ ਵੇਖੋ ਜੀ ਅਜੇ ਤੱਕ ਤਾਂ ਨਹੀਂ ਆਪਣੀ ਜ਼ਮੀਨ ਹੈਗੀ ਨਹੀਂ ਅਗਲੇ ਬੰਨੇ ਜ਼ਮੀਨ ਪਹਿਲੋਂ ਮੁਆਵਜ਼ਾ ਮਿਲਿਆ ਜਦੋਂ ਇਹ ਅਕਾਲੀ ਸਰਕਾਰ ਇਹ ਅਤੇ ਉਦੋਂ ਦਿੱਤਾ ਹੁਣ ਤਾਂ ਅਜੇ ਤੱਕ ਨਹੀਂ ਮਿਲਿਆ ਵੀ ਕੋਈ ਨਹੀਂ ਮਿਲਿਆ ਵੀ ਨਾ ਦਿੱਤਾ ਜੀ ਕਿਸੇ ਨੇ ਤਾਂ BSF ਵੱਲੋਂ ਕਿਸੇ ਤਰ੍ਹਾਂ ਦਾ ਪਿੰਡ ਵਾਲਿਆਂ ਨੂੰ ਸੰਯੋਗ ਦਿੱਤਾ ਜਾਂਦਾ ਕਿਉਂਕਿ ਲਾਗੇ ਜਾਂ ਤਕਰੀਬਨ ਮੇਰੇ ਹਿਸਾਬ ਨਾਲ ਕੋਈ ਤਾਲਮੇਲ ਹੈਗਾ ਕਿ ਜਾਂ ਕਾਫੀ ਦੂਰੀਆਂ ਨੇ ਤੁਹਾਡੇ ਵਿੱਚ ਨਹੀਂ ਜੀ ਕੋਈ ਸੰਯੋਗ ਨਹੀਂ ਹੈ BSF ਦਾ ਕੋਈ ਸੰਯੋਗ ਨਹੀਂ ਹੈ BSF ਆਪਣੇ ਬਾਰਡਰ 'ਤੇ ਅਸੀਂ ਆਪਣੇ ਇੱਥੇ ਅਵੇਂ ਤਾਂ ਹਨੇਰੇ ਸਵੇਰੇ ਵੀ ਇਹ ਵੀ ਹੁਣ ਜਦੋਂ ਨਿਕਲਦੇ ਉਦੋਂ ਵੀ ਇਹਨਾਂ ਨਾਕੇ ਲਾਏ ਹੁੰਦੇ ਜਾਂ ਪਿੱਛੇ ਵੀ ਜਾਂ ਅੱਗੇ ਵੀ ਚਲੋ ਸਰ ਡਰ ਤਾਂ ਹੁੰਦਾ ਹੀ ਹੈ ਸਾਨੂੰ ਆਪਣਾ ਆ ਉਹ ਚੈੱਕ ਕਰਦੇ ਹੋਣੇ ਨਾ ਹਾਂਜੀ ਚੈੱਕ ਕਰਦੇ ਆ ਹੁਣ ਨੇਰੇ ਸਵੇਰੇ ਇੱਥੇ ਜਾਈਏ ਤਾਂ ਪੁਲ 'ਤੇ ਪਿੱਛੇ ਆ 200 ਗਜ਼ ਬਿਲਕੁਲ ਆਪਣਾ ਡਿਫੈਂਸ ਦਾ ਪੁਲ ਇੱਥੇ ਹੀ ਲਾਇਆ ਹੁੰਦਾ ਨਾਕਾ ਨਾਰਾ ਜਦੋਂ ਪਿੰਡ ਦੇ ਵਿੱਚ ਵੜ ਰਿਹਾ ਸੀ ਤਾਂ ਪੁਲ ਦੇਖਿਆ ਸੀਗਾ ਸ਼ਾਇਦ ਦੋਨਾਂ ਸਾਈਡਾਂ ਤੋਂ ਪੁਲ ਟੁੱਟਾ ਹੋਇਆ ਸੀਗਾ ਗੱਡੀਆਂ ਨੇਰੇ ਸਵੇਰੇ ਉਹ ਪੁਲ ਥਾਣੀ ਉਸੇ ਤਰ੍ਹਾਂ ਹੀ ਲੰਘਦੀਆਂ ਕਿਉਂਕਿ ਹੋਰ ਵੀ ਰਸਤਾ ਹੈ ਭਾਈ ਲੰਘਦੀਆਂ ਉਸੇ ਤਰ੍ਹਾਂ ਹੀ ਆ ਇੱਥੇ ਗੱਡੀ ਵੀ 2 ਵਾਰਾਂ ਪਲਟ ਗਈ ਆ ਅਤੇ ਇਹ ਪੁਲ ਦਾ ਬੜੀ ਯਾਰ ਜ਼ਿਕਰ ਕੀਤਾ ਬਹੁਤ ਤਰ ਕੀਤਾ ਇੱਕ ਵਾਰ ਨਹੀਂ ਕੀਤਾ ਜੇ ਅਸੀਂ ਕਮ ਸੋ ਕਮ ਮੈਂ ਆਪਣੇ ਆਪ ਹੀ ਪਤਾ ਨਹੀਂ ਕਿੰਨੀ ਯਾਰ 5 ਸਾਲ ਪਹਿਲਾਂ ਜ਼ਿਕਰ ਕਰਤਾ ਅਤੇ ਇਹ ਪੁਲ ਦਾ ਕੋਈ ਸੁਧਾਰ ਨਹੀਂ ਹੋਇਆ ਤਾਂ ਨਾ ਕਿਸੇ ਨੇ ਕੀਤਾ ਹੀ ਆ ਬਸ ਆਉਂਦੇ ਕਰ ਦਾਂਗੇ ਹੁੰਦਾ ਨਹੀਂ ਹੈ ਕੀ ਡਿਮਾਂਡ ਕੀ ਕਰਦੇ ਹੋ ਸਰਕਾਰ ਦੇ ਕੋਲੋਂ ਸਾਡੇ ਥਰੂ ਵੇਖੋ ਡਿਮਾਂਡ ਤਾਂ ਅਸੀਂ ਤਾਂ ਇਹੋ ਕਰਨੇ ਆ ਵੀ ਸਾਨੂੰ ਸਕੂਲ ਚਾਹੀਦਾ ਕੋਈ ਸਾਨੂੰ ਹੋਸਪਿਟਲ ਚਾਹੀਦਾ ਚੰਗਾ ਡੰਗਰਾਂ ਵਾਲਾ ਹੋਸਪਿਟਲ ਚੰਗਾ ਚਾਹੀਦਾ ਕੋਈ ਬੱਸ ਸਾਡੇ ਲੱਗਣੀ ਚਾਹੀਦੀ ਇੱਥੇ ਵੀ ਜਿਹੜੀ ਪੱਕੀ ਡੇਲੀ ਆਵੇ ਅਤੇ ਹੁਣ ਜਿਹੜਾ ਪੋਲ ਦੀ ਗੱਲ ਉਹ ਜ਼ਰੂਰੀ ਚਾਹੀਦਾ ਸਾਨੂੰ ਅਸੀਂ ਉਹ ਹਨੇਰੇ ਸਵੇਰੇ ਲੰਘਣਾ ਹੀ ਲੰਘਣਾ ਉਹ ਵੀ ਜ਼ਰੂਰੀ ਚਾਹੀਦਾ ਸਾਨੂੰ ਬੰਨਣਾ ਚਾਹੀਦਾ ਬਾਰਡਰ 'ਤੇ ਮੌਜੂਦ ਹਾਂ ਕੰਡਿਆਲੀ ਤਾਰ ਤੋਂ ਪਾਰ ਕੁਝ ਕਿਸਾਨ ਖੇਤੀ ਕਰਦੇ ਨੇ ਗੱਲਬਾਤ ਕਰਾਂਗੇ ਕੀ ਨਾਂ ਜੀ ਤੁਹਾਡਾ ਹਰਦੀਪ ਸਿੰਘ ਹਰਦੀਪ ਸਿੰਘ ਜੀ ਤਾਰੋਂ ਪਾਰ ਕਿੰਨੀ ਜ਼ਮੀਨ ਹੈ ਤੁਹਾਡੀ ਸਾਡੇ ਤੋਂ ਤਾਂ ਹੈਗੀ ਆ 1 ਕਿੱਲਾ ਹਾਂਜੀ ਹਰ ਰੋਜ਼ ਜਾਂਦੇ ਹੋ ਖੇਤੀ ਕਰਨ ਉੱਥੇ ਹਾਂਜੀ ਜਾਣਾ ਹੀ ਪੈਂਦਾ ਖਾਸ ਕਰਕੇ ਗੱਲ ਕਰੀਏ ਆਮ ਜ਼ਮੀਨ ਹੋਵੇ ਤਾਂ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆ ਬੰਦਾ ਦਿਨ ਰਾਤ ਜਦੋਂ ਮਰਜ਼ੀ ਆਵੇ ਜਾਵੇ ਕੰਡਿਆਲੀ ਤਾਰ ਤੋਂ ਪਾਰ ਕਿਹੜੀਆਂ ਮੁਸ਼ਕਲਾਂ ਨੇ ਕੰਡਿਆਲੀ ਤਾਰ ਤੋਂ ਜ਼ਿਆਦੀਆਂ ਮੁਸ਼ਕਲਾਂ ਤਾਂ ਇਹੋ ਟਾਈਮ ਤੋਂ ਟਾਈਮ ਘੱਲਦੇ ਆ ਅਤੇ ਟਾਈਮ ਨਾਲ ਹੀ ਵਾਪਸ ਲੈ ਆਉਂਦੇ ਸਾਨੂੰ ਇਹੋ ਜਿਹੜਾ ਕੰਮ ਕਰਨ ਦਾ ਟਾਈਮ ਹੁੰਦਾ ਉਹ ਟਾਈਮ 'ਤੇ ਸਾਨੂੰ ਘਰ ਵਾਪਸ ਭੇਜ ਦਿੰਦੇ ਆ ਕਿੰਨਾ ਸਮਾਂ ਦਿੱਤਾ ਜਾਂਦਾ ਤੁਹਾਨੂੰ ਇਹੋ 6-7 ਘੰਟੇ
6-7 घंटे दे विच कोई ज़्यादा काम तो किसान कर नहीं सकता। सवेरे सवेर करना हुंदा चाहे शाम नूं ज़्यादा करना हुंदा, उस टाइम ते सानूं बाहर कढ दिंदे। हाँ बस यही है। जो तुसी जानते हो कि सिक्योरिटी तो उस समय नाल हुंदी किसी तरह? सिक्योरिटी सारी नाल हुंदी है, भी बहुत चैकिंग करके अंदर घलदे, बहुत चैकिंग करके बाहर भी करते हैं, पूरी चैकिंग दे नाल सिक्योरिटी फुल हुंदी है इन्हां दी। खास करके गल करिए जिवें तुसीं दस्सिया कि एक एकड़ जमीन है तुहाडे कोल, तां उहनूं पाणी भी लगाउणा होवे, खास करके झोने दा सीजन चल रहा, पाणी लगाउणा होवे तां शायद काफ़ी समां लग जांदा है, तां की मुश्किल नहीं आउंदी? अद्धा खत अज भरिया, अद्धा कल भरिया? बहुत मुश्किल तो बहुत आउंदी है, कि जा पिछे होना जदों जी करना पानी ला लैना वा, उत्थे तो फिर टाइम तो टाइम ही लाउणा पैंदा। कईआं दी ज़्यादा भी जमीन है, उन्होंने फिर बड़ी ज़्यादा मुश्किल आउंदी उत्थे करना काम। हाँ जी, फसल किस तरीके ना वड्डी जाती है बाद? फसल भी यही टाइम तो टाइम ही वड्डनी पैंदी है, टाइम दे नाल मशीन घलदे आ, कभी किसे पिंड की वारी आउंदी, कभी किसे पिंड की वारी आउंदी है, मतलब जदों जी करे उदों नहीं आपां वड्ड सकदे, जे कोई प्रॉब्लम आ भी जाती संद विगड़ भी जाते फिर उत्थे ज़्यादा मुश्किल आ जाती है। खास करके गल करिए जे पाकिस्तान की गल करिए, गवांढी देश के नाल तुहाडी जमीन लगती आ, किन्ना क फर्क आ? कभी मुलाकात किसी ना होई आ, पारले बंदे नाल गलबात होई? नहीं, मुलाकात नहीं कर देंदे, सिक्योरिटी है ना, मुलाकात करते नहीं, वो अपनी साइड पर काम करते, अं अपनी साइड पर काम करते हैं, उधर कोई नहीं है, बिच दो पे जाते हैं, वो अपनी साइड पर रेंदे, अं अपनी साइड पर रेंदे। किन्ना क डिफरेंस जिहड़ा आ तुहाडी जमीन का ते उहनां दी, किन्ना क फर्क है? यो 15-20 फुट का है। हाँ जी, बस इन्ना की है। कितना कितने जो गल करिए, सरकार भी गल करती है कि असी बॉर्डर ना लगते पिंडा नूं काफ़ी सुख सहूलत दी जा रही, जी तारों पार जमीन आ उन्होंने कई तरह दुख सहूलत दी, तो हमें कोई अज तक सुख सहूलत मिली है? नहीं, अज तक सानू तो कोई नहीं मिली, अं तो जो सुनद आंदा यो ही कही जाते सुख सहूलत, पर देता कोई नहीं है, बस उदा ही आ, भी कह गलों ही देंदे, उस तरह कोई नहीं किसी देंद सुख सहूलत। खास करके गल करिए कि जदों फसल पक्की होंगी आ, भावें झोना आ कणक आ, तो उधरों माहौल खराब हो जाता किसी तरह का, आना जाना बंद कर दिता? आना जाना बंद कर देंगे थोड़े दिन वास्ते ना, फिर बड़ी मुश्किल आँदी है, प्रॉब्लम आँदी इस चीज़ की, जो कोई आँदी है तो फिर तो मुश्किल तो तुम्हें पता ही आनी है जो कोई खराब हो गया। ऐसा भी सीजन आया कि तुहाडी फसल जी उ खड़ी खलोती रहेगी? नहीं, इदा का तो नहीं आया अजे तक सीजन, कोई खड़ी खलोती नहीं रहेगी, कट्टी जाती है, पर थोड़ी मुश्किल आँदी है जरूर, कट्टन कुट्टन लगे इदा फिर वारी के नाल कटाते हैं, मुश्किल इन्ना इदा नहीं कभी होया भी रह गई है। कभी महसूस नहीं करते कि पैली मेरी जी तारों पार ना होंगी, इन्हों मुश्किलों का सामना ना करना पैंता, शायद मैं शहर के नज़दीक हों? तो रोज़ ही बंदा सोचता वा भी ये चीज़ तो होनी चाहिए ही, पर हुण सानू हैगी जमीन ही इत्थे, की करिए हुण, सरकार नू चाहिए थोड़ी साडे वास्ते सहूलत सानू देनी, वख देनी, पिछे शहर वाले लोग बड़े सौखे है, सौखे है, काम धंधा उन्होंने मिल जाता, साडे पिंड वालेयां नू तो चलो इहो ही आ, खेती वह भी नहीं सही तरीके नाल कीती जांदी, होर भी साधन हैगा कि कल्ली खेती तो साधन कर, बस खेती आ ज्यादा, तकरीबन तो ज्यादा खेती आ, थोड़ा बहुत आई है जे कोई माड़ा मोटा काम होवे, बाकी खेती चलदी। पिंड दे विच कोई दुकाना वगैरह हैगियां कि जां शहरों आउंदा समान? शहरों ही आउंदा वा, पिंड साडे पिंड च तो कोई दुकान नहीं हैगी। हाँ जी, छोटा पिंड आ तो दुकान नहीं कोई हैगी, फिर शहर तो लैके आउंदे? हाँ जी, शहर तो ही लैके आउंदे। दीप सिंह जी, गल करिए अजकल डिजिटल जमाना हो गया, हर घर के नौजवान के कोल मोबाइल जरूरी आ, खास करके गल करिए बॉर्डर एरिए मोबाइल नैटवर्क आउंदे आ, किसी तरह की समस्या तो नहीं आउंदी नेरे सवेरे किसी रिश्तेदार जां किसी यार दोस्त नूं फोन करना होंदा? नैटवर्क तो साढ़े आउंदा ही नहीं है, खास करके बहुत घट नैटवर्क आ, कितने ही आ जे कि कोठे काठे ते चढ़ के फोन लाया जाता वा, नहीं तो नैटवर्क की बहुत ज़्यादा प्रॉब्लम है सानू, कोई किसी फोन नहीं, किसी रात रिश्तेदार कहें रेंदे अं तुम इस टाइम पर फोन लाया, फोन नहीं लगता, फोन अं पिछे जावे 2 किलोमीटर तो फिर लगने शुरू होने, साढ़े नैट नहीं इतने चलता। रात को गल करिए, रात को किसी कोई नेरा सवेरा पै जाता तो फिर सीधा ही जाना पैंदा? सीधा ही जाना पैंदा, फोन नहीं इतने हो सकता, नैट नहीं चलन नहीं देंदे इतने, नैटवर्क नहीं है। कंपनियों नाल संपर्क करने की कोशिश नहीं की? कंपनियों वालों नाल संपर्क करते हैं, पर वह कहें तुम अलाउड नहीं है बार्डर एरिए करके, इतने सरकार जी नहीं अलाउड करती इस चीज़ को, इस करके फिर नहीं इतने नैट नहीं चलता ना फोन ही चलते। जी नहीं करता दिल भी असं भी किसी शहर के जाके रहीए, इन्नी दूर अमृतसर तो 50 किलोमीटर दूर वस रहे हैं। जी तो करता ही है, शहर अं रहीए भी, शहर साडा भी होर गाँव वाले साढ़े बच्चे भी फ्यूचर वधिया उन्हों का होवे शहर के, पढ़ लिख जान थोड़े, तो नैट नूट इदा फोन भी सही सहूलत मिले, पर नहीं मिलती नहीं सूँ। खास करके गल करिए कि पिछले दिन ही करोना आया सी साडे देश के अंदर, तो काफ़ी लॉकडाउन लगा रहा, बच्चों की गल करिए ऑनलाइन स्टडी जी सरकार ने लाजमी कर दी, बच्चे घर के होणगे मुश्किल आईया सी ऑनलाइन स्टडी? बहुत साडे स्टडी हुई नहीं है बच्चों, ऑनलाइन स्टडी की नहीं गई बच्चों तो किसी तो भी, क्यों नैटवर्क नहीं है तो बच्चे स्टडी कितों करे, स्कूल वाले काम भेजते फोन पर, तो फोन पर साढ़े काम आता नहीं, तो बच्चे कोई नहीं साढ़े ना कोई क्लास ही सही तरीके लग सकी ऑनलाइन, तो ये तो बड़ी ज़्यादा मुश्किल आई सानू पिछे तो।
ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ? ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਤਾਂ ਕੋਈ ਨਾ ਕੋਈ ਸਿਸਟਮ ਇਹੋ ਜਿਹਾ ਹੋਣਾ ਚਾਹੀਦਾ, ਸਾਡੇ ਪਿੰਡਾਂ ਦੇ ਵਿੱਚ ਫੋਨ ਜ਼ਰੂਰ ਲਾਜ਼ਮੀ ਚੱਲਣੇ ਚਾਹੀਦੇ ਆ। ਨੈੱਟਵਰਕ ਅੱਜ ਕੱਲ੍ਹ ਜ਼ਮਾਨਾ ਹੀ ਨੈੱਟ ਦਾ ਹੈਗਾ ਵਾ, ਤਾਂ ਨੈੱਟ ਜ਼ਰੂਰ ਚੱਲਣਾ ਚਾਹੀਦਾ ਵਾ, ਚਾਹੇ ਹੋਰ ਕਿਸੇ ਤਰੀਕੇ ਨਾਲ ਕੋਈ ਸਹੂਲਤ ਦੇਣ ਸਾਨੂੰ, ਤਾਂ ਨੈੱਟਵਰਕ ਜ਼ਰੂਰ ਚਾਹੀਦਾ ਸਾਨੂੰ। ਖੁਦ ਕਿੰਨਾ ਪੜ੍ਹੇ ਹੋ ਤੁਸੀਂ? ਮੈਂ ਪਲੱਸ ਟੂ ਕੀਤੀ। ਪਲੱਸ ਟੂ ਕੀਤੀ, ਕਦੀ ਸੋਚਿਆ ਨਹੀਂ ਕਿ ਮੈਂ ਇੱਕ ਨੌਜਵਾਨ ਹਾਂ, ਪਿੰਡ ਦੇ ਵਿੱਚੋਂ ਬਾਹਰ ਨਿਕਲਾਂ, ਇੱਕ ਵੱਖਰੀ ਜ਼ਿੰਦਗੀ ਜੀਵਾਂ, ਜਾਂ ਫਿਰ ਕਿਸੇ ਸਰਕਾਰੀ ਨੌਕਰੀ ਜਾਂ ਕੋਈ ਹੋਰ ਨੌਕਰੀ ਕਰਾਂ? ਸਰਕਾਰੀ ਨੌਕਰੀ ਜਿੰਨਾ ਚਿਰ ਅਸੀਂ ਸਾਡੇ ਪਿੰਡਾਂ 'ਚ ਸਹੂਲਤਾਂ ਨਾ ਮਿਲਣਗੀਆਂ, ਪੜ੍ਹਾਈ ਲਿਖੀ ਦੀ, ਉਹਨਾਂ ਚਿਰ ਸਾਨੂੰ ਸਰਕਾਰੀ ਨੌਕਰੀ ਕਿੱਥੋਂ ਮਿਲ ਜੂਗੀ? ਜਦੋਂ ਅਸੀਂ ਰਹਿ ਪਿੱਛੇ ਬਹੁਤਾ ਬੈਕਵਰਡ ਏਰੀਏ ਦੇ ਵਿੱਚ ਰਹਿ ਜਾਂਗੇ, ਤਾਂ ਫਿਰ ਉੱਦਾਂ ਹੀ ਹੌਲੀ ਹੌਲੀ ਅੱਗੇ ਜਾਣਾ ਵਾ। ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਦੂਰ ਦੂਰ ਬੱਚਿਆਂ ਨੂੰ ਪੜ੍ਹਨੇ, ਸਾਡੇ ਲਾਗੇ ਕੋਈ ਇੰਨਾ ਹੈਗੀ ਨਹੀਂ ਸੁੱਖ ਸਹੂਲਤ, ਸਕੂਲ ਦੀ ਵੀ ਕੋਈ ਇੱਦਾਂ ਦੀ ਨਹੀਂ ਹੈਗੀ, ਅਤੇ ਜਿੱਦਾਂ ਦਾ ਪਿੱਛੇ ਜ਼ਮਾਨਾ ਫਿਰ ਨਹੀਂ ਉਹਦੀ ਤੀਕਰ ਪਹੁੰਚਿਆ ਗਿਆ। ਤਕਰੀਬਨ ਬਾਰਡਰ ਨਾਲ ਲੱਗਦੇ ਪਿੰਡ ਦੇ ਲੋਕ ਜਿਨ੍ਹਾਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਨੂੰ ਡਾਢੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਕਰੀਬਨ ਕੁਝ ਹੀ ਦੂਰੀ 'ਤੇ ਬਾਰਡਰ ਦੇ ਨਾਲ ਲੱਗਦਾ ਇਹ ਪਿੰਡ ਹੈ, ਪਿਛਲੇ ਲੰਮੇ ਸਮੇਂ ਤੋਂ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਬਤੀਤ ਕਰ ਰਹੇ ਨੇ, ਕਿਸਾਨੀ ਨੂੰ ਲੈ ਕੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ, ਖਾਸ ਕਰਕੇ ਉਹਨਾਂ ਨੇ ਗੱਲ ਕੀਤੀ ਹੈ ਹਸਪਤਾਲ ਦੀ ਕਿ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਹਸਪਤਾਲ ਕੀ ਇੱਕ ਕੋਈ ਡਾਕਟਰ ਦੀ ਦੁਕਾਨ ਵੀ ਨਹੀਂ ਹੈ, ਉਹਨਾਂ ਨੂੰ 50 ਕਿਲੋਮੀਟਰ ਦੂਰੀ 'ਤੇ ਲੈ ਕੇ ਅੰਮ੍ਰਿਤਸਰ ਦੇ ਵਿੱਚ ਆਪਣੇ ਕਿਸੇ ਮਰੀਜ਼ ਨੂੰ ਜਾਣਾ ਪੈਂਦਾ ਹੈ। ਸੋ ਸਰਕਾਰ ਕੋਲ ਅਪੀਲ ਕਰਦੇ ਨੇ ਕਿਸੇ ਤਰ੍ਹਾਂ ਦੀ ਬਾਰਡਰ ਏਰੀਏ ਨੂੰ ਸੁੱਖ ਸਹੂਲਤਾਂ ਦਿੱਤੀ ਜਾਵੇ। ਕੈਮਰਾਮੈਨ ਅਸ਼ਦੀਪ ਜਗਤਾਰ ਸਿੰਘ ਮਾਲਾ, ਸਕਾਈ ਨਿਊਜ਼ ਪੰਜਾਬ, ਅਟਾਰੀ, ਵਾਹਗਾ ਬਾਰਡਰ।